ਤਾਂ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ ਸਿਲੰਡਰ ਫਟ ਗਿਆ ਜਿਸ ਕਾਰਨ 3 ਬੱਚਿਆਂ ਸਮੇਤ 5 ਲੋਕ ਜਿਉਂਦੇ ਸੜ ਗਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਪਤੀ ਪਤਨੀ ਅਤੇ 3 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਫੋਰੈਂਸਿਕ ਦੀ ਟੀਮ ਵੀ ਜਾਂਚ ਦੇ ਵਿੱਚ ਜੁੜ ਜਾਂਦੀ ਹੈ। ਤਾਂ ਦੱਸ ਦਈਏ ਕਿ ਘਰ ਦੇ ਵਿੱਚ ਸਿਲੰਡਰ ਫਟ ਗਿਆ ਤੇ ਕੁੱਲ 5 ਲੋਕ ਉੱਥੇ ਮੌਜੂਦ ਹੁੰਦੇ ਆ, ਪਤੀ ਪਤਨੀ ਤੇ ਉਹਨਾਂ ਦੇ 3 ਬੱਚੇ। ਅੱਗ ਲੱਗਣ ਦੇ ਨਾਲ ਇਹ 5 ਲੋਕ ਜਿਉਂਦੇ ਹੀ ਸੜ ਜਾਂਦੇ ਨੇ। ਤਾਂ ਪੂਰੀ ਘਟਨਾ ਦੱਸਦੇ ਕਿ ਜੈਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਇਸ ਸੰਬੰਧੀ CM ਭਜਨ ਲਾਲ ਸ਼ਰਮਾ ਦੇ ਵੱਲੋਂ ਹਾਦਸੇ ਤੇ ਦੁੱਖ ਵੀ ਜਤਾਇਆ ਗਿਆ। ਤਾਂ ਤੁਹਾਨੂੰ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਘਰ ਦੇ ਵਿੱਚ ਸਿਲੰਡਰ ਫਟਿਆ ਤਾਂ 5 ਲੋਕ ਉਸ ਸਮੇਂ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਜਿਸ ਦੇ ਵਿੱਚ 3 ਬੱਚੇ ਵੀ ਹੁੰਦੇ ਨੇ। ਤਾਂ ਇਸ ਹਾਦਸੇ ਤੋਂ ਬਾਅਦ ਉਹਨਾਂ 3 ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਵੱਡੀ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਦਾ ਹੈ ਤਾਂ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ 5 ਲੋਕ ਮੌਕੇ ਤੇ ਜਿਉਂਦੇ ਹੀ ਸੜ ਜਾਂਦੇ ਰਹੇ, ਜਿਨ੍ਹਾਂ ਦੀ ਲਾਸ਼ ਨੂੰ ਮੌਕੇ ਤੋਂ ਕੱਢ ਕੇ ਪੋਸਟ ਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਜੈਪੁਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਘਰ ਦੇ ਵਿੱਚ ਸਿਲੰਡਰ ਫਟ ਗਿਆ ਤੇ 5 ਲੋਕ ਜਿਉਂਦੇ ਸੜ ਗਏ ਨੇ, ਜਿਸ ਦੇ ਵਿੱਚ 3 ਬੱਚੇ ਵੀ ਸ਼ਾਮਿਲ ਹੁੰਦੇ ਨੇ। ਤਾਂ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ ਸਿਲੰਡਰ ਫਟ ਗਿਆ ਜਿਸ ਕਾਰਨ 3 ਬੱਚਿਆਂ ਸਮੇਤ 5 ਲੋਕ ਜਿਉਂਦੇ ਸੜ ਗਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਪਤੀ ਪਤਨੀ ਅਤੇ 3 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਫੋਰੈਂਸਿਕ ਦੀ ਟੀਮ ਵੀ ਜਾਂਚ ਦੇ ਵਿੱਚ ਜੁੜ ਜਾਂਦੀ ਹੈ। ਤਾਂ ਦੱਸ ਦਈਏ ਕਿ ਘਰ ਦੇ ਵਿੱਚ ਸਿਲੰਡਰ ਫਟ ਗਿਆ ਤੇ ਕੁੱਲ 5 ਲੋਕ ਉੱਥੇ ਮੌਜੂਦ ਹੁੰਦੇ ਆ, ਪਤੀ ਪਤਨੀ ਤੇ ਉਹਨਾਂ ਦੇ 3 ਬੱਚੇ। ਅੱਗ ਲੱਗਣ ਦੇ ਨਾਲ ਇਹ 5 ਲੋਕ ਜਿਉਂਦੇ ਹੀ ਸੜ ਜਾਂਦੇ ਨੇ। ਤਾਂ ਪੂਰੀ ਘਟਨਾ ਦੱਸਦੇ ਕਿ ਜੈਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਇਸ ਸੰਬੰਧੀ CM ਭਜਨ ਲਾਲ ਸ਼ਰਮਾ ਦੇ ਵੱਲੋਂ ਹਾਦਸੇ ਤੇ ਦੁੱਖ ਵੀ ਜਤਾਇਆ ਗਿਆ। ਤਾਂ ਤੁਹਾਨੂੰ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਘਰ ਦੇ ਵਿੱਚ ਸਿਲੰਡਰ ਫਟਿਆ ਤਾਂ 5 ਲੋਕ ਉਸ ਸਮੇਂ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਜਿਸ ਦੇ ਵਿੱਚ 3 ਬੱਚੇ ਵੀ ਹੁੰਦੇ ਨੇ। ਤਾਂ ਇਸ ਹਾਦਸੇ ਤੋਂ ਬਾਅਦ ਉਹਨਾਂ 3 ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਵੱਡੀ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਦਾ ਹੈ ਤਾਂ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ 5 ਲੋਕ ਮੌਕੇ ਤੇ ਜਿਉਂਦੇ ਹੀ ਸੜ ਜਾਂਦੇ ਰਹੇ, ਜਿਨ੍ਹਾਂ ਦੀ ਲਾਸ਼ ਨੂੰ ਮੌਕੇ ਤੋਂ ਕੱਢ ਕੇ ਪੋਸਟ ਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਜੈਪੁਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਘਰ ਦੇ ਵਿੱਚ ਸਿਲੰਡਰ ਫਟ ਗਿਆ ਤੇ 5 ਲੋਕ ਜਿਉਂਦੇ ਸੜ ਗਏ ਨੇ, ਜਿਸ ਦੇ ਵਿੱਚ 3 ਬੱਚੇ ਵੀ ਸ਼ਾਮਿਲ ਹੁੰਦੇ ਨੇ। ਤਾਂ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ ਸਿਲੰਡਰ ਫਟ ਗਿਆ ਜਿਸ ਕਾਰਨ 3 ਬੱਚਿਆਂ ਸਮੇਤ 5 ਲੋਕ ਜਿਉਂਦੇ ਸੜ ਗਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਪਤੀ ਪਤਨੀ ਅਤੇ 3 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਫੋਰੈਂਸਿਕ ਦੀ ਟੀਮ ਵੀ ਜਾਂਚ ਦੇ ਵਿੱਚ ਜੁੜ ਜਾਂਦੀ ਹੈ। ਤਾਂ ਦੱਸ ਦਈਏ ਕਿ ਘਰ ਦੇ ਵਿੱਚ ਸਿਲੰਡਰ ਫਟ ਗਿਆ ਤੇ ਕੁੱਲ 5 ਲੋਕ ਉੱਥੇ ਮੌਜੂਦ ਹੁੰਦੇ ਆ, ਪਤੀ ਪਤਨੀ ਤੇ ਉਹਨਾਂ ਦੇ 3 ਬੱਚੇ। ਅੱਗ ਲੱਗਣ ਦੇ ਨਾਲ ਇਹ 5 ਲੋਕ ਜਿਉਂਦੇ ਹੀ ਸੜ ਜਾਂਦੇ ਨੇ। ਤਾਂ ਪੂਰੀ ਘਟਨਾ ਦੱਸਦੇ ਕਿ ਜੈਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਇਸ ਸੰਬੰਧੀ CM ਭਜਨ ਲਾਲ ਸ਼ਰਮਾ ਦੇ ਵੱਲੋਂ ਹਾਦਸੇ ਤੇ ਦੁੱਖ ਵੀ ਜਤਾਇਆ ਗਿਆ। ਤਾਂ ਤੁਹਾਨੂੰ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਘਰ ਦੇ ਵਿੱਚ ਸਿਲੰਡਰ ਫਟਿਆ ਤਾਂ 5 ਲੋਕ ਉਸ ਸਮੇਂ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਜਿਸ ਦੇ ਵਿੱਚ 3 ਬੱਚੇ ਵੀ ਹੁੰਦੇ ਨੇ। ਤਾਂ ਇਸ ਹਾਦਸੇ ਤੋਂ ਬਾਅਦ ਉਹਨਾਂ 3 ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਵੱਡੀ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਦਾ ਹੈ ਤਾਂ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ 5 ਲੋਕ ਮੌਕੇ ਤੇ ਜਿਉਂਦੇ ਹੀ ਸੜ ਜਾਂਦੇ ਰਹੇ, ਜਿਨ੍ਹਾਂ ਦੀ ਲਾਸ਼ ਨੂੰ ਮੌਕੇ ਤੋਂ ਕੱਢ ਕੇ ਪੋਸਟ ਮਾਰਟਮ ਦੇ ਲਈ ਭਿਜਵਾ ਦਿੱਤਾ ਹੈ।
ਤਾਂ ਜੈਪੁਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਘਰ ਦੇ ਵਿੱਚ ਸਿਲੰਡਰ ਫਟ ਗਿਆ ਤੇ 5 ਲੋਕ ਜਿਉਂਦੇ ਸੜ ਗਏ ਨੇ ਜਿਸ ਦੇ ਵਿੱਚ 3 ਬੱਚੇ ਵੀ ਸ਼ਾਮਿਲ ਹੁੰਦੇ ਨੇ।